ਲਵੋ ਉਸਤਾਦਾਂ ਕੋ ਅਤੇ ਅੱਗੇ ਤਕਸੀਮ ਕਰੋ। ਸਹੀ ਗੱਲ ਹੈ। ਅਤੇ ਯਾਦ ਰੱਖਣਾ, ਇਲਮ ਸਿਰਫ ਮਾੜੇ ਉਸਤਾਦਾਂ ਕੋਈ ਲੱਭਣਾ ਜੀ, ਤਕੜੇ ਪੈਸੇ ਵਾਲੇ ਬੰਦੇ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ। ਜੇ ਮਿਲ ਵੀ ਪੈਣਗੇ ਤਾਂ ਉਹਨਾਂ ਦੀ ਕਾਟਨ ਨੂੰ ਵੱਟ ਨਹੀਂ ਲੈਣਾ। ਤਨ ਕਬੂਤਰ ਜਦ ਵੀ ਕਿਸੇ ਨੇ ਸਾਂ ਨਹੀਂ ਨਾ ਕਬੂਤਰਬਾਜ਼ੀ, ਕਿਸੇ ਮਾੜੇ ਦੋਸਤ ਨੇ ਸਾਂ ਨਹੀਂ। ਸਹੀ ਗੱਲ। ਤੇ ਜਿਹੜਾ ਬੰਦਾ ਮਾੜੇ ਨਾਲ ਪਿਆਰ ਕਰਦਾ ਉਹੀ ਤਰਦਾ ਜੇ। ਕੀ ਬਾਤ ਹੈ। ਤੁਸੀਂ ਯਕੀਨ ਕਰਨਾ ਕਿ ਕਿਹੜਾ 10,000 ਰੁਪਈਆ ਕਿਸੇ ਅਮੀਰ ਆਦਮੀ ਦੇ ਖੁਆਨ ਤੇ ਰੋਟੀਆਂ ਦੇ ਲਾਉਂਦੇ ਨਾ, ਕਿਸੇ ਗਰੀਬ ਦੇ ਘਰ ਲਾ ਦਿਓ ਤਾਂ ਕਬੂਤਰ ਵੀ ਦੇ ਦੇਗਾ ਜੇ। ਤੇ ਕਬੂਤਰਬਾਜ਼ੀ ਜਿਹੜੀ ਨਾ ਉਸਤਾਦ ਦਾ ਕੋਈ ਇਲਮ ਲੈਣ ਨਹੀਂ ਆਉਂਦੀ ਜੀ। ਤੇ ਵਫਾਦਾਰ ਬਣ ਕੇ ਉਸਤਾਦਾਂ ਦੇ ਰਹੋ ਤੇ ਅੱਲਾ ਦੇ ਹੁਕਮ ਨਾਲ ਕਿਸੇ ਮੈਦਾਨ ਚ ਨਹੀਂ ਹਰੋਗੇ। ਤੁਹਾਡਾ ਉੱਡ ਕੇ ਵਿਹਲਾ ਨਾ, ਉਦੋਂ ਉਹਨੂੰ ਕੋਸ਼ਿਸ਼ ਕਰੋ ਦਾ ਪਾਣੀ ਪੂਰਾ ਕਰੋ ਬਸ। ਹਾਂ, ਕਿਉਂਕਿ ਵੇਟ ਤਾਂ ਨਹੀਂ ਕਬੂਤਰ ਦਾ ਘੱਟਦਾ ਹੈ, ਤੇ ਐਵੇਂ ਗੱਲਾਂ ਨੇ, ਜਦੋਂ ਤੁਸੀਂ ਪਾਣੀ ਪੂਰਾ ਕਰ ਦੇਣਾ ਵੇਟ ਆਪੇ ਪੂਰਾ ਆ ਜਾਣਾ। ਕਬੂਤਰ ਰਾਤ ਨੂੰ 7-8 ਵਜੇ ਸਾਂਭੀਦਾ ਭਾਈ ਜਾਨ, ਜਦੋਂ ਖੁਰਾਕ ਦੇਣ ਦਾ ਟਾਈਮ ਹੁੰਦਾ। ਰੂਹ ਦੀਆਂ ਨਾ ਅਸੀਂ ਉਹ ਗੱਦੀਆਂ ਬਣਾਈਆਂ ਹੁੰਦੀਆਂ ਸੀ। ਹਾਂਜੀ, ਆਹੋ, ਉਹਦਾ ਅਸੀਂ ਨਾ ਰੂਹ ਤੁਲ ਲੈਂਦੇ ਹਾਂ ਅਤੇ ਉਹ ਦਰਜੀ ਕੋ ਸਮਾ ਲਈ ਦੀ ਅਸੀਂ, ਜਿਵੇਂ ਭਲਵਾਨ ਦੀ ਖਾੜੇ 'ਚ ਜ਼ੋਰ ਕਰਕੇ ਬਾਅਦ 'ਚ ਤੇਲ ਮਲ ਕੇ ਮਾਲਿਸ਼ ਨਹੀਂ ਹੁੰਦੀ, ਸੇਮ ਇਹਦੀ ਵੀ ਉਹੀ ਜੇ। ਅੱਛਾ। ਹਾਂਜੀ, ਅਸੀਂ ਕਬੂਤਰ ਸਾਂਭ ਦਿੰਦੇ ਹਾਂ ਰਾਤ ਨੂੰ, ਸੁਬਹਾ ਉਡਾਉਣ ਤੋਂ ਪਹਿਲੇ ਜੇ ਪਾਣੀ ਪਿਓਗੇ ਕਬੂਤਰ ਤੁਹਾਨੂੰ ਆਪੇ ਹੀ ਦੱਸ ਦੇਗਾ ਕਿ ਮੈਂ ਫਰੈਸ਼ ਹੈਗਾ। ਉਹ ਗਦੀਆਂ ਨੂੰ ਕੀ ਥੋੜ੍ਹਾ ਜਿਹਾ ਗਰਮ ਕਰ, ਇਹ ਜਿਹੜੇ ਗਰਮ ਕਰਦੇ ਨਾ ਭਾਈ ਜਾਨ, ਅੱਜ ਸੁਣ ਲਓ ਸਾਰੇ ਜਾਣੇ, ਜਿੰਨੇ ਜਿੰਨੇ ਕਬੂਤਰ ਬਾਈ ਗਰਮ ਕਰਕੇ ਕਬੂਤਰਾਂ ਨੂੰ ਗੱਦੀਆਂ ਮਾਰੀਆਂ ਨਾ, ਉਹਦੇ ਸਵੇਰੇ ਕਬੂਤਰ